ਅਸਲਾਮੁਅਲੈਕੁਮ, ਕੀ ਹਾਲ ਚਾਲ ਹੈ ਜੀ ਸਾਰਿਆਂ ਦਾ? ਉਮੀਦ ਕਰਦੇ ਹਾਂ ਕਿ ਸਾਰੇ ਵਧੀਆ ਹੋਵੋਗੇ। ਅਤੇ ਆਪਾਂ ਜੀ ਅੱਜ ਤੋਂ ਕੋਈ ਵਲੋਗਿੰਗ ਦੀ ਰੂਟੀਨ ਸਟਾਰਟ ਕਰਨ ਜਾ ਰਹੇ ਹਾਂ, ਅਤੇ ਸਾਰੇ ਦੋਸਤਾਂ ਨੇ ਜਿਹੜਾ ਨਾ ਸਪੋਰਟ ਰੱਖਣੀ ਹੈ, ਅਤੇ ਆਪਾਂ ਜਿਹੜਾ ਨਾ ਕੁਛ ਕਰਨ ਦਾ ਕੁਛ ਕੋਈ ਖੇਡਣ ਮੱਲਣ ਦੇ ਮੌਕੇ ਜਿਹੜੇ ਜ਼ਿੰਦਗੀ 'ਚ ਆ ਰਹੇ ਹੁੰਦੇ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਹੋਣਗੇ। ਅਤੇ ਹੁਣ ਫਿਲਹਾਲ ਜੀ ਸੁਬਹ ਸੁਬਹ ਨਾਸ਼ਤਾ ਹੋ ਗਿਆ, ਨਾਸ਼ਤੇ ਤੋਂ ਬਾਅਦ ਬੱਚਿਆਂ ਦੀ ਲੜਾਈ ਸੀ ਚੱਲ ਰਹੀ, ਉਹ ਲੜਾਈ ਥੋੜ੍ਹੀ ਜਿਹੀ ਸਿਮਟਵਾਈ ਹੈ। ਅਤੇ ਹੁਣ ਆਪਾਂ ਦੇਖਣਾ ਹੈ ਕਿ ਸਾਡੇ ਮਿਸਤਰੀ ਲੱਗੇ ਆ, ਅਤੇ ਮਿਸਤਰੀ ਕੀ ਕਰ ਰਹੇ ਆ, ਅਤੇ ਚੱਲ ਕੇ ਦੇਖਦੇ ਹਾਂ, ਅਤੇ ਫਿਰ ਤੁਹਾਨੂੰ ਵੀ ਦਿਖਾਉਂਦੇ ਹਾਂ ਨਾਲ ਕਿ ਕਿੱਥੋਂ ਤੱਕ ਪ੍ਰੋਜੈਕਟ ਪਹੁੰਚਿਆ ਸਾਡਾ। ਕਿਆ ਮਸਲਾ ਹੈ? ਮਸਲਾ ਕਿਆ ਹੈ? ਬੈਗ ਲੈ ਕੇ ਜਾ ਰਿਹਾ ਕਸੂਰ ਹੈ, ਔਰ ਇਹ ਘਰ ਮੇਂ ਸਾਰਾ ਗੰਦ ਵੀ ਇਸਨੇ ਡਾਲਾ ਹੁਆ ਹੈ। ਹਾਂ, ਤੋ ਯੈਲੋ ਵਾਲਾ ਫਾਤਮਾ ਕਹਿਣਾ, ਤੋ ਆਪ ਫਾਤਮਾ ਕਾ ਯੈਲੋ ਵਾਲਾ ਦੇ ਦੋ, ਫਾਤਮਾ ਆਪ ਇਸਕਾ ਵਾਪਸ ਦੇ ਦੋ। ਦੋ ਫਾਤਮਾ ਕਾ ਯੈਲੋ ਵਾਲਾ, ਬੜੇ ਹਿਸਾਬ ਕਰਨੇ ਆਏ ਹੋ ਆਪ ਹਮਾਰੇ ਸਾਥ। ਨਹੀਂ, ਹਮਨੇ ਫਾਤਮਾ ਫਾਤਮਾ ਕੋ ਦੋ ਯੈਲੋ ਵਾਲਾ, ਦੋ ਵੀ ਰੱਬ ਅਬ ਫਾਤਮਾ। ਚਲੋ ਭਾਈ ਦੇਖਤੇ ਹੈ ਕੌਣ ਜੀਤਤਾ ਹੈ। ਬੈਗ ਫਟ ਜਾਏਗਾ, ਕੋ ਬੈਗ ਲਾ ਦੇਤਾ ਹੂੰ, ਬਾਤ ਕੋ ਵੀ ਸੁਣਤੇ ਹੈ, ਠੀਕ ਹੈ ਫਾਤਮਾ? ਆਪਕਾ ਬੈਗ ਮੈਂ ਲਾ ਦੇਤਾ ਹੂੰ, ਠੀਕ ਹੈ? ਛੋਟਾ ਬੁੱਨਾ ਹੈ ਬੈਗ ਕੇ ਲੀਏ ਰੋਤਾ ਹੈ। ਕਿਆ ਹੋ ਰਿਹਾ? ਫਾਈਨਲੀ ਨਾਸ਼ਤੇ ਕੇ ਬਾਅਦ ਚਾਏ ਤਿਆਰ ਹੋ ਚੁੱਕੀ ਹੈ, ਨਾਸ਼ਤਾ ਆਪ ਲੋਗੋਂ ਕੋ ਨਹੀਂ ਦਿਖਾਇਆ। ਆਪ ਆਪਣਾ ਪ੍ਰੋਜੈਕਟ ਦੇਖਣ ਜਾ ਰਹੇ ਹਾਂ, ਲੇਕਿਨ ਇੱਥੇ ਇਹਨੇ ਦੇਖੋ ਨਾ, ਫੌਕਸੀ ਰੱਖੀ ਹੈ ਕਿਸੇ ਨੇ, ਮੈਨੂੰ ਬਹੁਤ ਸ਼ਾਨਦਾਰ ਲੱਗਦੀ ਹੈ ਬਈ। ਇਹ ਸੁਸਾਇਟੀ ਹੈਗੀ ਹੈ ਜਿੱਥੇ ਆਪਾਂ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ, ਅਤੇ ਅੱਗਾ ਚੱਲ ਕੇ ਤੁਹਾਨੂੰ ਪ੍ਰੋਜੈਕਟ ਵੀ ਦਿਖਾਉਂਦੇ ਹਾਂ ਆਪਣਾ। ਇਹ ਵਾਲਾ ਜੀ, ਇਹ ਰੇਤ ਮਾਰੀ ਪੜੀ ਹੈ, ਇਹ ਹਮਾਰਾ ਪ੍ਰੋਜੈਕਟ ਹੈ, ਇਹ ਬਣ ਰਿਹਾ। ਤੋ ਚਲੋ ਉੱਤੇ ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ ਕਿ ਆਪਾਂ ਕੀ ਬਣਾ ਰਹੇ ਹਾਂ। ਇਹ ਆਪਣਾ ਜੀ ਡਰੀਮ ਹਾਊਸ ਪ੍ਰੋਜੈਕਟ ਹੈ, ਅਤੇ ਇਹ ਸਾਹਮਣੇ ਜੀ ਪਹਿਲੇ ਨੰਬਰ 'ਤੇ ਆ ਗਿਆ ਆਪਣਾ ਗਰਾਜ, ਇਹ ਪਿੱਛੇ ਇੱਕ ਵਾਸ਼ਰੂਮ ਹੋ ਗਿਆ, ਇਹ ਮਿਜ਼ਾਈਲ ਮੋਟਰ ਲੱਗੀ ਹੈ, ਅਤੇ ਉਸ ਤੋਂ ਬਾਅਦ ਇਹ ਡਰਾਇੰਗ ਰੂਮ ਹੈਗਾ, ਇਹ ਹੋ ਗਿਆ, ਇਹ ਕਿਚਨ ਪਲੱਸ ਪਿੱਛੇ ਕਿਚਨ ਹੈਗਾ, ਇਹ ਮਤਲਬ ਕਿ ਨਾ ਟੀ ਵੀ ਲੌਂਜ ਹੈਗਾ। ਉਸ ਤੋਂ ਬਾਅਦ ਇੱਥੇ ਇੱਕ ਅਲਮਾਰੀ ਬਣਨੀ ਹੈ, ਇਹ ਪਿੱਛੇ ਇੱਕ ਹੋ ਗਿਆ, ਸੀਮਟ ਸੁਮਟ ਪਿਆ। ਇਹ ਆਪਣਾ ਹੋ ਗਿਆ ਜੀ ਬੈਡਰੂਮ, ਇੱਕ ਪਿੱਛੇ ਵਾਸ਼ਰੂਮ, ਵੈਂਟੀਲੇਸ਼ਨ, ਇਹ ਸੀੜੀਆਂ ਹੋ ਗਈਆਂ। ਇਹ ਗੰਦ ਵਾਹਵਾ ਪਿਆ ਹੈਗਾ, ਅਤੇ ਮਿਸਤਰੀ ਆਪਣੇ ਕੋਲ ਚੱਲ ਰਹੇ ਆ, ਦੇਖੋ ਨਾ ਹਰ ਚੀਜ਼ ਖੁੱਲ੍ਹੀ ਪਈ ਹੈ ਜੀ। ਇੱਥੋਂ ਪਲਸਤਰ ਸ਼ੁਰੂ ਹੋ ਗਏ ਨੇ, ਇਹ ਬਰਾਮਦਾ ਬਣਿਆ, ਇਹ ਮਮਟੀ ਦੇ ਛੱਤ ਪਲਸਤਰ ਹੋ ਰਹੇ ਆ, ਢਾਂਚਾ ਤਿਆਰ ਹੋ ਗਿਆ ਹੋਇਆ, ਹੁਣ ਸਿਰਫ ਚੱਲ ਰਹੀ ਹੈ ਆਪਣੀ ਤਿਆਰੀ ਜੀ। ਕੰਮ ਕਾਫੀ ਦੇਰ ਦਾ ਜਾ ਰਹੀ ਹੈ, ਲੇਕਿਨ ਆਪਾਂ ਨੂੰ ਜਿਹੜਾ ਨਾ ਤੁਹਾਨੂੰ ਪਤਾ ਥੋੜ੍ਹੇ ਥੋੜ੍ਹੇ ਅਰਸੇ ਬਾਅਦ ਨਾ ਬਿੱਲੀ ਨਿਚਦੀ ਹੈ, ਅਤੇ ਆਪਾਂ ਵਲੋਗਿੰਗ ਕਰਨੀ ਹੈ, ਅਤੇ ਫਿਰ ਸ਼ੁਰੂ ਕਰਨੇ ਆ, ਫਿਰ ਆਪਾਂ ਦਾ ਜਿਹੜਾ ਨਾ ਸ਼ੌਕ ਥੋੜ੍ਹਾ ਜਿਹਾ ਥੱਲੇ ਆਉਂਦਾ, ਫਿਰ ਦੋਸਤ ਯਾਰ ਕਹਿੰਦੇ ਯਾਰ ਕਰ ਲੈ ਸ਼ੁਰੂ, ਉਹ ਆਨਲਾਈਨ ਦੋਸਤ ਬੈਠੇ ਕਹਿੰਦੇ ਸ਼ੁਰੂ ਕਰੋ, ਅਤੇ ਫਿਰ ਆਪਾਂ ਸ਼ੁਰੂ ਕਰ ਲੈਂਦੇ ਹਾਂ। ਅਤੇ ਅੱਲਾ ਦੁਆ ਕਰਨਾ ਯਾਰ ਕਿ ਜਾਰੀ ਰਹੇ, ਕਿਉਂਕਿ ਜਾਰੀ ਰਹੇਗਾ ਅਤੇ ਤੁਹਾਡੇ ਨਾਲ ਵੀ ਐਸਾ ਕਨੈਕਟ ਰਹਾਂਗੇ। ਅਤੇ ਇਹ ਕਾਫੀ ਦੇਰ ਦਾ ਸ਼ੁਰੂ ਸੀ, ਲੇਕਿਨ ਅਨਕਰੀਬ ਤੁਹਾਨੂੰ ਇੱਕ ਅੱਧੇ ਦਿਨ ਦੇ ਵਿੱਚ ਅਸਾਂ ਨਵਾਂ ਸਰਪ੍ਰਾਈਜ਼ ਵੀ ਇਨਸ਼ਾਅੱਲਾ ਦੇਵਾਂਗੇ ਕਿ ਉਹ ਨਵਾਂ ਸਰਪ੍ਰਾਈਜ਼ ਕੀ ਆ ਰਿਹਾ ਵੇ, ਅਤੇ ਉਹਨੂੰ ਦੇਖਦੇ ਹੋਏ ਆਪਾਂ ਸ਼ੁਰੂ ਕੀਤਾ ਸੀ ਕਿ ਯਾਰ ਕੁਛ ਹੋਣਾ ਚਾਹੀਦਾ ਜਿਹੜਾ ਦੋਸਤਾਂ ਦੇ ਨਾਲ ਸ਼ੇਅਰ ਹੋਣਾ ਚਾਹੀਦਾ, ਅਤੇ ਇਨਸ਼ਾਅੱਲਾ ਜਿਹੜਾ ਫਿਰ ਆਉਂਦਾ ਪ੍ਰੋਜੈਕਟ, ਅਤੇ ਉਹ ਵੀ ਤੁਹਾਨੂੰ ਨਾਲ ਸ਼ੇਅਰ ਕਰਾਂਗੇ, ਅਤੇ ਤੁਹਾਨੂੰ ਹੋਪਫੁਲੀ ਕਿ ਬੜਾ ਮਜ਼ਾ ਆਏਗਾ ਉਸ ਪ੍ਰੋਜੈਕਟ ਦੇ ਨਾਲ ਕਨੈਕਟ ਹੋ ਕੇ, ਅਤੇ ਦੁਆ ਕਰਦੇ ਰਿਹਾ ਕਰੋ, ਅਤੇ ਮੇਰੇ ਵਾਸਤੇ ਜ਼ਰੂਰ ਦੁਆ ਕਰਿਆ ਕਰੋ ਕਿ ਯਾਰ ਆਪਾਂ ਕਨੈਕਟਡ ਰਹੀ। ਅੱਜ ਕੱਲ੍ਹ ਦਿਹਾੜੀ ਐਡੀ ਛੋਟੀ ਹੋ ਗਈ ਹੈ ਨਾ, ਅਤੇ ਮੈਂ ਮਿਸਤਰੀਆਂ ਕਿਹਾ ਸੀ ਮਿਸਤਰੀਆਂ ਕੋ ਆ ਕੇ, ਅਤੇ ਅਸਰ ਦੀ ਨਮਾਜ਼ ਪੜ੍ਹੀ, ਅਤੇ ਨਮਾਜ਼ ਪੜ੍ਹਨ ਤੋਂ ਬਾਅਦ ਫਿਰ ਇੱਕ ਅੱਧਾ ਕੰਮ ਸੀ, ਉਹ ਸਾਡਾ ਇੱਕ ਜਿਹੜਾ ਪ੍ਰੋਜੈਕਟ ਇੰਜੀਨੀਅਰ ਉਹ ਆ ਗਿਆ ਸੀ, ਅਤੇ ਉਸ ਦੌਰਾਨ ਮੈਂ ਸ਼ੂਟ ਨਹੀਂ ਕਰ ਸਕਿਆ ਕਿਉਂਕਿ ਮੇਰੇ ਜਿਹੜਾ ਬੈਟਰੀ ਹੈ ਨਾ ਡਿਵਾਈਸ ਦੀ ਉਹ ਬੜੀ ਲੋਅ ਹੋ ਗਈ, ਅਤੇ ਮੈਂ ਉਹਨੂੰ ਚਾਰਜਿੰਗ ਲਗਾ ਕੇ ਚਲਾ ਗਿਆ। ਅਤੇ ਹੁਣ ਆਇਆ ਵਾਪਸ, ਅਤੇ ਵਾਪਸ ਆ ਕੇ ਅਤੇ ਫਿਰ ਇੱਕ ਦੋ ਹੋਰ ਕੰਮ ਹੈ, ਅਤੇ ਉਹ ਨਿਪਟਾਉਣਾ, ਅਤੇ ਇੱਕ ਸਰਪ੍ਰਾਈਜ਼ ਦੇਣਾ ਕਿਸੇ ਨੂੰ, ਅਤੇ ਉਹ ਦੇਣ ਵਾਸਤੇ ਆਪਾਂ ਚੱਲੇ ਹਾਂ, ਅਤੇ ਚਲੋ ਤੁਸੀਂ ਵੀ ਫਿਰ ਨਾਲ ਚੱਲੋ। ਅਤੇ ਦਸੰਬਰ ਦੇ ਦਿਹਾੜੇ ਬਹੁਤ ਛੋਟੇ ਹੁੰਦੇ ਆ, ਅਤੇ ਦਿਨ ਚੜ੍ਹਦੇ ਦਾ ਪਤਾ ਹੁੰਦਾ, ਅਤੇ ਸ਼ਾਮ ਡੁੱਬਣ ਗਿਆ ਇਹ ਪਤਾ ਹੁੰਦਾ ਕਿ ਸਵੇਰ ਹੁਣ ਦਿਨ ਚੜ੍ਹਿਆ ਸੀ ਅਤੇ ਹੁਣ ਰਾਤ ਪੈ ਗਈ। ਇਹ ਪਿੱਛੇ ਜਿਹੜਾ ਗੰਦ ਪਿਆ ਹੈਗਾ ਨਾ, ਇਹ ਵੀ ਕਿਸੇ ਵਜ੍ਹਾ ਨਾਲ ਪਾਇਆ ਹੈ, ਇਹ ਤਾਂ ਬੱਚਿਆਂ ਪਾਇਆ, ਇਹ ਕਿਸੇ ਵਜ੍ਹਾ ਨਾਲ ਪਿਆ ਦਾ, ਅਤੇ ਇਹ ਵੀ ਤੁਹਾਨੂੰ ਦੱਸਾਂਗੇ ਕਿ ਇਹ ਕਿਉਂ ਪਾਇਆ ਗਿਆ। ਸਾਰੇ ਸੋਹਣੇ ਸੋਹਣੇ ਕੱਪੜੇ ਪਾ ਕੇ ਅਤੇ ਜਾ ਰਹੇ ਹਾਂ ਕਿਤੇ ਕਿਸੇ ਨੂੰ ਸਰਪ੍ਰਾਈਜ਼ ਦੇਣ ਲਈ, ਅਤੇ ਫਿਰ ਜਿਹਨੂੰ ਸਰਪ੍ਰਾਈਜ਼ ਦੇਵਾਂਗੇ ਫਿਰ ਹੋ ਸਕਦਾ ਥੋੜ੍ਹਾ ਥੋੜ੍ਹਾ ਤੁਹਾਨੂੰ ਆਪਣਾ ਜਿਹੜਾ ਪ੍ਰੋਗਰਾਮ ਹੈ ਨਾ ਉਹ ਡਿਸਕਲੋਜ਼ ਕਰ ਛੱਡੀਏ, ਥੋੜ੍ਹਾ ਦੱਸੀਏ ਕਿ ਆਪਾਂ ਕੀ ਕੀਤਾ ਅਤੇ ਕੀ ਨਹੀਂ ਕੀਤਾ। ਅਤੇ ਚੱਲੀਏ ਫਿਰ ਫਾਤਮਾ ਜੀ, ਓਕੇ। ਤਾਂ ਸਰਪ੍ਰਾਈਜ਼ ਦੇਣ ਵਾਸਤੇ ਬੇਕਰੀ 'ਤੇ ਪਹੁੰਚ ਚੁੱਕੇ ਹਾਂ, ਅਤੇ ਪ੍ਰੋਡਕਟ ਦੇਖਦੇ ਹਾਂ ਹੁਣ ਇੱਥੋਂ ਕੇਕ, ਕੋਈ ਕੇਕ ਸ਼ੇਕ ਪਸੰਦ ਕਰਨਾ, ਦੇਖਦੇ ਕਿਹੜਾ ਕੇਕ ਪਸੰਦ ਆਉਂਦਾ ਜੀ। ਲਾਸਟ ਮੈਂ ਹਮੇ ਇੱਕ ਪਿੱਛੇ ਵਾਲਾ ਇਹ ਵਾਲਾ ਜੋ ਯੈਲੋ ਕੇਕ ਹੈ ਇਹ ਪਸੰਦ ਆ ਰਿਹਾ, ਔਰ ਦੂਸਰਾ ਇਹ ਵਾਲਾ, ਦੇਖਿਆ ਦੋਨੋਂ ਮੈਂ ਕੌਨਸ਼ਨ ਛੱਡ, ਪਰ ਆਪਣੇ ਰਾਈਟਿੰਗ ਕਰਕੇ ਦੇਣੀ ਹੈ। ਸ਼ਹਿਰ ਦੀ ਨਾ ਮੋਸਟ ਫੇਮਸ ਬੇਕਰੀ ਹੈ, ਅਤੇ ਹਰ ਚੀਜ਼ ਦੇਖੋ ਬਿਲਕੁਲ ਬੜੇ ਅੱਛੇ ਲੇਅਰਸ ਨਾਲ ਲਗਾਈ ਹੋਈ ਹੈ, ਬੜੀਆਂ ਟੌਪ ਕੁਆਲਿਟੀ ਜਿਹੜੀਆਂ ਨੇ ਪ੍ਰੋਡਕਟਸ ਨੇ ਇੱਥੋਂ ਦੀਆਂ। ਦੇ ਦੇ ਇਸਕੋ
भाई जान ऊपर राइटिंग कर रहे हैं। मेरे पेन ना नहीं कर सकता। इसको तो भूख ही लग गई है। केक पैक हो गया ते अपन स्नैक भी पैक हो गए ते हम बिल पे करने लगा। ਲੀ ਸਾਰੀਆਂ ਚੀਜ਼ਾਂ ਲੈ ਕੇ ਨਿਕਲਾ ਏ ਵੀ ਲੈ ਨੇ ਇਹ ਵੀ ਕਿਸੇ ਵਾਸਤੇ ਲੈ ਆ ਰੱਖ ਵਿੱਚ ਵੀ ਹੋਏ ਲਈ ਆ ਤੇਰੇ ਵਾਸਤੇ ਖਾ ਮੱਖਣ ਮਲਾਈਆਂ ਤੇ ਜੀ ਜ਼ਿੰਦਗੀ ਉਹ ਭਾਈ ਤੇਰੀ ਨਹੀਂ ਉਹ ਭਾਈ ਜਾਨ ਪਿੱਛੇ ਛੱਡੋ ਉਹ ਭਾਈ ਛੱਡ ਦੇ ਯਾਰ ਇੰਜ ਨਾ ਕਰ ਯਾਰ ਲਾ ਜੀ ਵਾਹ ਜੀ ਵਾਹ ਜੀ ਆਪਾਂ ਫਲਾਵਰ ਸ਼ਾਪ ਤੇ ਚਲੋ ਤੁਹਾਨੂੰ ਫਿਰ ਫੁੱਲ ਸ਼ੁੱਲ ਦਿਖਾਈਏ अंदर चलो फातमा चुको अपना शेर सिल्वर गेड़ा जी जहाज भी अंदर शहर बर्थडे मनाई जा रही है जी आप नैशनल हीरो कायदे आजम दी क्योंकि आज 25 दिसंबर हैगी है ते ये सारा सजावट उस वास्ते कीती गई है। तो फाइनली जी किसी के लिए तोहफा लेने पहुंचे हैं। देखो कैसे उत्ते सज के बैठे है जिवें विआह बरात आए दे नाल। तो फाइनली ये वाला पसंद आया जी। आओ जी ये वाला पसंद आया जी। ठीक हो गया जी करो पैक फिर इहनू सेलिब्रेट कर ली लेकिन फैमिली फंक्शन है आप कोई नहीं तुम दिखाया तो हुआ कि नहीं किया बस केक की तुम थोड़ी जी वीडियो नजर आई है उतो निकले हैं बच्चिया नु जरा ना इतने भुख लग गई ही तो राह हूँ ले जिंगर बर्गर तो ये दोवे भैन भरा पिछे बैठ के खा रहे हैं तो मैनू कोई इन्नी खास भुख नहीं सी क्योंकि मैं जिते गया से मैं तो खाना खा लिया तो हूँ आप कर रहे हैं गड्डी चला रहे हैं तो मैं जल्द तो जल्द जरा बंद करा मैं क्या तुम अपडेट दे लीए तो फिर ध्यान ना गड्डी चलाने तो मैं जरा गड्डी चला दौ तो फिर घर पहुँच के मैं तुहाडे नाल मुलाकात करना वा। तो फाइनली मैं घर आ के कपड़े शपड़े चेंज कर ले तो हूँ करांगे थोड़ा जिहा आराम तो उस तो बाद फिर बैठांगे लाइव तो फिलहाल तो नमाज पढ़ने वाली है इशा की नमाज अदा करांगे तो उस तो बाद देखने हैं कि आराम करने हैं या नहीं करने हैं लेकिन काफ़ी टाइम हो चुके हैं 11-12 बज गए हैं तो फिर आप नमाज पढ़ने तो बाद लाइव बैठांगे तो होपफुली कि तुहानू अज का व्लॉग अच्छा लग रहा होगा अगर अच्छा लग रहा तो लाइक करना जे शेयर करना जे तो इंशाल्लाह मिलांगे तुहानू अगली किसी वीडियो दे विच तब तक के लिए फिर अल्लाह हाफिज़।